ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਰਾਜ ਟੇਸਟੀ ਕਿਜ਼ੀਨ ਵਿੱਚ ਤੁਹਾਡਾ ਸਵਾਗਤ ਹੈ। ਅੱਜ ਮੈਂ ਬਣਾਉਣ ਜਾ ਰਹੀ ਹਾਂ ਮਸਰ ਮੂੰਗੀ ਦੀ ਦਾਲ ਬਗੈਰ ਅਨੀਅਨ ਤੇ ਲਸਣ ਤੋਂ। ਪਾਪੜ ਪਾ ਕੇ ਬਣਾਵਾਂਗੇ। ਦੇਖ ਲੈਂਦੇ ਆਪਾਂ ਨੂੰ ਸਮਾਨ ਕੀ ਚਾਹੀਦਾ ਆ ਤੇ ਫਿਰ ਆਪਾਂ ਦਾਲ ਬਣਾਉਣੀ ਸ਼ੁਰੂ ਕਰਦੇ ਹਾਂ। ਹਾਂਜੀ, ਮੈਂ ਇਹਦੇ ਲਈ ਲਿਆ ਮਸਰਾਂ ਦੀ ਦਾਲ ਆ, ਹਾਫ ਹਾਫ ਬਾਊਲ ਆ। ਇੱਕ ਬਾਊਲ ਇਹ ਪੂਰਾ ਹੈਗਾ ਆ ਮਸਰਾਂ ਦੀ ਦਾਲ, ਮਸਰ ਮੂੰਗੀ। ਦੋ ਪਾਪੜ ਲਏ ਆ ਸਪਾਈਸੀ ਵਾਲੇ ਆ ਇਹ। ਦੋ ਟਮਾਟਰ ਚੌਪ ਕੀਤੇ ਹੋਏ ਆ ਤੇ ਜਿੰਜਰ ਚੌਪ ਕੀਤਾ ਹੋਇਆ ਆ ਤੇ ਦੋ ਗ੍ਰੀਨ ਚਿਲੀਜ਼ ਆ ਸਲਾਈਸ ਦੇ ਵਿੱਚ ਕੱਟੀਆਂ ਹੋਈਆਂ ਆ। ਤੇ ਮਸਾਲੇ ਆਪਾਂ ਨਾਲ ਨਾਲ ਦੇਖੀ ਜਾਵਾਂਗੇ। ਪਹਿਲਾਂ ਆਪਾਂ ਵਾਸ਼ ਕਰਕੇ ਦਾਲ ਸੀਟੀਆਂ ਲਵਾ ਲੈਂਦੇ ਹਾਂ, ਇਹਨੂੰ ਦੋ ਸੀਟੀਆਂ ਲਗਵਾਉਣੀਆਂ ਆ। ਉਸ ਤੋਂ ਬਾਅਦ ਆਪਾਂ ਤੜਕਾ ਰੈਡੀ ਕਰਦੇ ਹਾਂ। ਇੱਕ ਕੱਪ ਮੂੰਗੀ ਮਸਰ ਦੀ ਦਾਲ ਦੇ ਵਿੱਚ ਦੋ ਕੱਪ ਪਾਣੀ ਪਾਏ ਆ ਮੈਂ। ਇੱਕ ਟੀਸਪੂਨ ਸੋਲਟ, ਇੱਕ ਟੀਸਪੂਨ ਹਲਦੀ, ਥੋੜ੍ਹਾ ਜਿਹਾ ਪਾਵਾਂਗੇ ਓਇਲ, ਟੂ ਟੇਬਲ ਸਪੂਨ। ਲਿਡ ਲਗਾ ਦਿੰਦੇ ਹਾਂ ਅਤੇ ਦੋ ਸੀਟੀਆਂ ਲਗਵਾ ਲੈਣੀਆਂ ਇਹਨੂੰ ਆਪਾਂ। ਦੋ ਸੀਟੀਆਂ ਲੱਗ ਗਈਆਂ ਇਹਨੂੰ ਇਹਨੂੰ ਆਪਾਂ ਇਹਦਾ ਲਿਡ ਨਹੀਂ ਖੋਲ੍ਹਣਾ ਹੈਗਾ, ਸਾਈਡ 'ਤੇ ਰੱਖ ਦਿੰਦੇ ਹਾਂ ਅਤੇ ਤੜਕਾ ਰੈਡੀ ਕਰਦੇ ਹਾਂ। ਓਇਲ ਪਾ ਲੈਂਦੇ ਹਾਂ ਪੈਨ 'ਚ, ਟੂ ਟੇਬਲ ਸਪੂਨ। ਜੀਰਾ ਇੱਕ ਟੀਸਪੂਨ, ਜਿੰਜਰ ਪਾ ਦਿੰਦੇ ਹਾਂ, ਟਮਾਟਰ ਐਡ ਕਰ ਦਿੰਦੇ ਹਾਂ, ਚਿੱਲੀ ਐਡ ਕਰ ਦਿੰਦੇ ਹਾਂ, ਹਾਫ ਟੀਸਪੂਨ ਸੋਲਟ, ਇੱਕ ਟੀਸਪੂਨ ਗਰਮ ਮਸਾਲਾ, ਥੋੜ੍ਹੀ ਜਿਹੀ ਹਲਦੀ ਪਾਵਾਂਗੇ। ਥੋੜ੍ਹਾ ਜਿਹਾ ਪਾਣੀ ਪਾ ਲੈਂਦੇ ਹਾਂ, ਹਾਫ ਤੋਂ ਵੀ ਹਾਫ ਪਾਇਆ ਮੈਂ। ਬੋਇਲ ਹੋ ਲੈਣ ਦਿੰਦੇ ਹਾਂ ਇਹਨੂੰ ਥੋੜ੍ਹਾ ਜਿਹਾ। ਪਾਪੜ ਦੇ ਮੈਂ ਛੋਟੇ ਛੋਟੇ ਪੀਸ ਕਰ ਲਏ ਆ, ਪਾ ਦਿੰਦੇ ਇਹਦੇ ਵਿੱਚ। ਇਹਦੇ ਵਿੱਚ ਆਪਾਂ ਦਾਲ ਮਿਕਸ ਕਰ ਦਿੰਦੇ ਹਾਂ। ਦੋ ਮਿੰਟ ਲਈ ਆਪਾਂ ਇਹਨੂੰ ਕੁੱਕ ਕਰਨਾ ਆ ਮੀਡੀਅਮ ਫਲੇਮ 'ਤੇ। ਚੈੱਕ ਕਰ ਲੈਂਦੇ ਹਾਂ, ਦਾਲ ਆਪਣੀ ਰੈਡੀ ਆ। ਆਪਾਂ ਹੁਣ ਇਹਨੂੰ ਸਰਵ ਕਰ ਲੈਂਦੇ ਹਾਂ, ਗੈਸ ਬੰਦ ਕਰ ਦਿੰਦੇ ਹਾਂ। ਲਓ ਜੀ, ਆਪਣੀ ਗਰਮਾ ਗਰਮ ਪਾਪੜ ਅਤੇ ਮੂੰਗੀ ਮਸਰ ਦੀ ਦਾਲ ਰੈਡੀ ਆ।
ਤੇ ਚਾਹੇ ਤੁਸੀਂ ਇਹ ਚਾਵਲਾਂ ਨਾਲ ਖਾਓ, ਚਾਹੇ ਰੋਟੀ ਦੇ ਨਾਲ ਖਾਓ, ਪਰੌਂਠੇ ਦੇ ਨਾਲ ਖਾਓ, ਬਹੁਤ ਹੀ ਟੇਸਟੀ ਲੱਗਦੀ ਹੈ ਇਹ। ਲੱਗਦਾ ਹੀ ਨਹੀਂ ਹੈਗਾ ਇਹਦੇ ਵਿੱਚ ਕਿ ਤੁਸੀਂ ਪਿਆਜ਼ ਤੇ ਲਸਣ ਨਹੀਂ ਯੂਜ਼ ਕੀਤੇ ਹੈਗੇ। ਜ਼ਰੂਰ ਬਣਾਇਓ ਇਸ ਤਰ੍ਹਾਂ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ। ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ। ਥੈਂਕ ਯੂ ਸੋ ਮੱਚ।